ਜੋ ਮੂਲ ਮੰਤਰ ਸਥਾਨ ਦੀ ਉਸਾਰੀ ਹੋ ਰਹੀ ਹੈ ਉਸ ਦੀ ਸੇਵਾ ਦੇ ਪ੍ਰਥਾਏ ਪਹੁੰਚੇ ਹਾਂ। ਸਾਡੇ ਨਾਲ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ, ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਸੋਹੋ ਰੋਡ ਬਰਮਿੰਗਮ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੇ ਪਿਆਰੇ ਨੰਗੇ ਪੈਰੀ ਤੇ ਸੇਵਾ ਬਾਟੇ ਚੱਕ ਚੱਕ ਕੇ ਉੱਪਰ ਤੱਕ ਲੈ ਕੇ ਜਾ ਰਹੇ ਹਨ ਜੀ ਜੀ। ਅਸੀਂ ਵਾਰੇ ਵਾਰੇ ਜਾਈਏ ਇਹਨਾਂ ਤੋਂ ਸੇਵਾ ਦੇ ਮਹਾਨ ਮਹਾਨ ਕੁੰਭ ਜਿਹਨਾਂ ਬਾਰੇ ਕਿ ਸੋਚਣਾ ਵੀ ਸ਼ਾਇਦ ਆਮ ਸੰਗਤਾਂ ਵਾਸਤੇ ਮੁਸ਼ਕਲ, ਉਹ ਸੇਵਾਵਾਂ ਭਾਈ ਸਾਹਿਬ ਜੀ ਦੇ ਜਥੇ ਨੇ ਕੀਤੀਆਂ। ਸਿੱਖੀ ਦਾ ਕੋਈ ਐਸਾ ਤਾਕਤ ਨਹੀਂ, ਕੋਈ ਸਥਾਨ ਨਹੀਂ ਜਿੱਥੇ ਬਹੁਤ ਵੱਡੀਆਂ ਸੇਵਾਵਾਂ ਆਪ ਜੀ ਦੇ ਜਥੇ ਵੱਲੋਂ ਨਾ ਹੋਈਆਂ ਹੋਣ। ਸੇਵਾ ਭਾਵਨਾ ਹੈ, ਨਿਮਰਤਾ ਹੈ, ਸਭ ਆਏ ਨੇ ਸਿਰਫ ਇਸ ਭਾਵਨਾ ਨਾਲ ਕਿ ਅਸੀਂ ਗੁਰੂ ਦੀ ਜਾ ਕੇ ਥੋੜ੍ਹੀ ਜਿਹੀ ਸੇਵਾ ਕਰੀਏ, ਸੇਵਾ ਕਰੀਏ ਕਿ ਅਸੀਂ ਕਿਸੇ ਤਰ੍ਹਾਂ ਸਾਨੂੰ ਸੁੱਖ ਹੋ ਜਾਵੇ, ਇਹੀ ਭਾਵਨਾ ਹੈ ਜੀ ਜੀ।